ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੀ ਘਰਾਂਗਣਾ ਅੱਜ ਤੁਹਾਨੂੰ ਲੈ ਕੇ ਆਇਆ ਜੀ ਆਪਾਂ ਗੁਰਦੁਆਰਾ ਸਾਹਿਬ ਸ੍ਰੀ ਸੁਲਤਾਨਪੁਰ ਲੋਧੀ ਅਤੇ ਗੋਬਿੰਦਵਾਲ ਸਾਹਿਬ ਅਤੇ ਉੱਥੋਂ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵੇ ਫੈਮਿਲੀ ਨਾਲ ਚੱਲੇ ਹਾਂ ਜੀ ਆਪਾਂ ਅਤੇ ਮੀਂਹ ਬਹੁਤ ਜ਼ਿਆਦਾ ਬਾਹਰ ਅਤੇ ਕੀਰਤ ਸਾਹਿਬ ਆਪਣਾ ਜਾਇਆ ਨਹੀਂ ਗਿਆ ਇਸ ਕਰਕੇ ਅਤੇ ਦੋਨੇ ਗੁਰਦੁਆਰਾ ਸਾਹਿਬ ਦੇ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਅੱਗੇ ਵੀਡੀਓ ਦੇ ਵਿੱਚ ਦੇਖੋ ਜੀ ਅਤੇ ਮੇਰੇ ਯੂਟਿਊਬ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਨਾਮ ਵਾਹਿਗੁਰੂ ਜੀ। ਅੱਜ ਅਸੀਂ ਆਏ ਜੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ, ਅਤੇ ਬਾਬਾ ਜੀ ਨੇ ਮੋਦੀ ਖਾਨਾ ਕੀਤਾ ਦੇ 13-13 ਦੀ ਹੱਟ ਲਾਈ ਸੀ। ਉਹ ਪਾਵਨ ਬੱਟੇ ਵੀ ਇੱਥੇ ਮੌਜੂਦ ਨੇ, ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ। ਅੱਗੇ ਆਪਾਂ ਪਹੁੰਚੇ ਹਾਂ ਜੀ, ਕਰਦੇ ਅੱਗੇ ਗੱਲ ਅਸੀਂ ਅਤੇ ਇਤਿਹਾਸ ਦੱਸਦੇ ਹਾਂ ਤੁਹਾਨੂੰ ਗੁਰਦੁਆਰਾ ਸ੍ਰੀ ਹੱਟ ਸਾਹਿਬ ਦਾ ਇਤਿਹਾਸ ਦੱਸਦੇ ਹਾਂ। ਗੁਰਦੁਆਰਾ ਸਾਹਿਬ ਲੱਗਿਆ ਸੁਲਤਾਨਪੁਰ ਲੋਧੀ ਵਿਖੇ, ਉਸ ਸਾਰੇ ਜਿੱਥੇ ਜਿੱਥੇ ਨਵਾਬ ਦੌਲਤ ਖਾਨਾ ਮੋਦੀ ਖਾਨਾ ਹੁੰਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਵਿੱਚ ਬਤੌਰ ਮੋਦੀ ਵਜੋਂ ਨੌਕਰੀ ਕਰਦੇ ਹੁੰਦੇ ਸਨ। ਇੱਥੇ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਝੋਲੀਆਂ ਭਰਦੇ ਸਨ। ਜਿਹਨਾਂ ਵੱਟਿਆਂ ਨਾਲ ਗੁਰੂ ਜੀ ਅਨਾਜ ਤੋਲਦੇ ਸਨ, 13-13 ਦੀ ਝੋਲਾ ਅਲਾਪ ਕੇ ਮੋਦੀਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਦੁਆਰਾ ਕੀਤਾ ਕਰਦੇ ਸਨ। ਉਹ ਪਾਵਨ ਵੱਟੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਵੀ ਸ਼੍ਰੀ ਹੱਟ ਸਾਹਿਬ ਜੀ। ਇੱਥੇ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦਾ ਵਿਵਹਾਰ ਕਰਦੇ ਅਤੇ 13-13 ਉਚਾਰ ਕੇ ਬੇਗਿਣਤ ਲੋੜਵੰਦਾਂ ਨੂੰ ਝੋਲੀਆਂ ਭਰਦੇ ਸਨ। ਪਾਵਨ ਵੱਟੇ ਵੀ ਇੱਥੇ ਮੌਜੂਦ ਹਨ, ਉਹ ਵੀ ਤੁਹਾਨੂੰ ਦਿਖਾਵਾਂ ਜੀ। ਗੁਰਦੁਆਰਾ ਸਾਹਿਬ ਹੈ ਜੀ, ਤੁਹਾਨੂੰ ਕਰਵਾਉਣੇ ਦਰਸ਼ਨ। ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ, ਦੇਵ ਜੀ ਆਪਣਾ ਤੋਲਦੇ ਹੁੰਦੇ ਸੀ ਜੀ ਉਸ ਟਾਈਮ 'ਤੇ, ਅਤੇ ਪਾਵਨ ਵੱਟੇ ਉਹ ਹਨ ਜਿਹਨਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ 13-13 ਕਹਿ ਕੇ ਗਰੀਬਾਂ ਦੇ ਝੋਲੀਆਂ ਭਰਦੇ ਸਨ। ਇਹਨਾਂ ਪਾਵਨ ਵੱਟਿਆਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਸ਼ੋਅ ਕਰਾਤੇ ਸੀ। ਇਹ ਤੁਸੀਂ ਦੇਖ ਸਕਦੇ ਜੀ ਇਤਿਹਾਸਿਕ ਖੂਹ ਹੈ ਜੀ, ਇਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਦਾ। ਵੈਸੇ ਮੁਰੰਮਤ ਚੱਲ ਰਹੀ ਹੈ ਤਾਂ ਕਰਕੇ ਜੀ ਹੁਣ ਜਿਹੜੇ ਭਾਂ ਥੱਲਿਓ ਲਾਏ ਹੋਏ ਜੀ ਪੈਡ ਵਗੈਰਾ ਦਿਖਾ ਨਹੀਂ ਸਕਦੇ, ਲਿਖਿਆ ਹੋਇਆ ਜੀ ਇਤਿਹਾਸਿਕ ਖੂਹ ਸ੍ਰੀ ਸੁਲਤਾਨਪੁਰ ਲੋਧੀ ਹੱਟ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਜੀ। ਇਹ ਅੱਜ ਥੋੜ੍ਹਾ ਜਿਹਾ ਮੀਂਹ ਜ਼ਿਆਦਾ ਹੋਣ ਕਰਕੇ ਵੀ ਹੋ ਰਿਹਾ ਜੀ। ਵਾਹਿਗੁਰੂ ਜੀ, ਅਸੀਂ ਹੁਣ ਆ ਚੁੱਕੇ ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦੇਖ ਸਕਦੇ ਹਾਂ ਇਹ 1.5 ਕਿਲੋਮੀਟਰ ਦੂਰ ਹੈ ਜੀ ਆਪਣਾ ਹੱਟ ਸਾਹਿਬ ਗੁਰਦੁਆਰਾ ਸਾਹਿਬ ਤੋਂ। ਇਹਦਾ ਇਤਿਹਾਸ ਆਪਾਂ ਦੇਖ ਲਾਂਗੇ ਇੱਥੇ ਲਿਖਿਆ ਹੋਇਆ ਜੀ, ਤੁਹਾਨੂੰ ਫਿਰ ਦਿਖਾਉਣੇ ਆ ਜੀ। ਦਰਸ਼ਨ ਕਰਨ ਤੋਂ ਬਾਅਦ ਜੀ ਭੋਰਾ ਸਾਹਿਬ 'ਚ ਆ ਚੁੱਕੇ ਹਾਂ ਜੀ। ਦਰਸ਼ਨ ਭਗਤੀ ਵਿੱਚ ਲੀਨ ਹੋ ਜਾਂਦੇ ਸਨ। ਇਸ ਤਰ੍ਹਾਂ ਗੁਰੂ ਜੀ ਨੇ 4 ਸਾਲ 9 ਮਹੀਨੇ 13 ਨੂੰ ਇਸ ਸਥਾਨ 'ਤੇ ਤੱਕ ਦਿੱਤਾ ਸੀ। ਲਓ ਜੀ, ਇਹਨਾਂ ਜੀ ਬਿਲਕੁਲ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ ਨਾ
काली देवी है जी, जिते श्री गुरु नानक देव जी इनान करते होंगे सके, बहुत वीड्डी बनी हुई है, तुम देख सकते इधर। अज असल तो मीह बहुत ज्यादा जी, तो इतने तुम कर सकते दर्शन। काली देवी सत श्रीकाल जी, काली देवी ने दर्शन कराए जी हूँ, तो पहला ना इस तरह से देख सकते हो तुम। संघ द्वारा की गई मनुखी घालना की उदुत्ती मिसाल है जी, इतने 20 साल लंबा सफर करके बाबा जी तुम देख सकते हो, मुझे सारे ने देखे होना। काली बेई में 25 जुलाई 2021 पवित्र काली बेई की 21वीं वरेगंढ दिन एतवार को मनाई जा रही है, मतलब इतने मनाई गया तुम देख सकते हो। दर्शन श्री बेर साहब गुरद्वारा साहब सुल्तानपुर लोधी, इतिहासक कपूर साहब बहुत सोहना गुरद्वारा साहब, बहुत वधिया इमारत बहुत तरीके बनाई हुई है। भाई मरदाना जी दवान हाल वाहगुरु जी, इतिहास गुरद्वारा श्री बेर साहब इतिहास है जी, पढ़ सकते हो। मीह पैन करके थोड़ा जहा हो रहा जी, पढ़ सकते हो जी। सारे गुरद्वारे जिहड़े अपने नेड़े पैंदे जी ना बेर साहब तो उन्हां दा इत्थे डिटेल दित्ती हुई है जी। वाहिगुरु जी का खालसा वाहिगुरु जी फतेह। आपां जी पहुँच चुके हाँ गुरद्वारा श्री बौली साहब गोविंदवाल साहब, आपां करदे हां दर्शन बौली साहब दे। बौली साहब के दर्शन कर लो, ਬਾਬਾ ਮੁੰਡਾ ਜੀ ਦਾ ਧਿਆਨ ਸਤਿ ਸ਼੍ਰੀ ਅਕਾਲ।